दिल को सुकून मिलता है उन्हीं के घर से, हक का कानून मिलता है उस अली का जिक्र करता हूं क्या किस अली का मोहम्मद से नूर मिलता है। अंबर में उस अली का जिक्र करता हूं जिस अली का मोहम्मद से नूर मिलता है। मदीने दुनिया शुदायत अली दी, खैबर को पूछ जाके जुर्रत अली दी, अंबर ना का बेला तू तो दस्ते पर तो है अल्लाह अली का ते जन्नत अली। अंबर ना तू जब ना दो मगीने पर तो है अल्लाह अली का ते जन्नत अली। हैदर सरदार कमाने का ये दुनिया अंधी कोई नहीं, बिजनूर खाक मिला देना होती दानश मंदी कोई नहीं। कोई हमसर है ही ऐसा बनया बेटा चरण पाबंदी कोई नहीं। असा बनया यमनी पीरानी जिसे बाज बुलंदी कोई नहीं। सच में इमाम का जमाना सरकार मूसा का मुसरा मुला नहीं, सबने इमाम का जमाना उस वक्त का बादशाह कौन हारून रशीद, और मलका का की नाम मलका सुबैदा। हारून रशीद का की काम कितने भी को अली अली करता और चौक के लिए किया आके तो पुठा टक रहा है और तो डरदा तो अली अली नहीं सी करता, मगर उन्होंने घर की पैदा हो गया जिसका नाम हसन महलोत की वजह तो कुफर फुल रूठे हो गया। हम बहनों जवान होए बच्चियां नु बच्चियां काफिया पैसे दे के मलका सुबैदा को खर्चा मिलना, और बच्चियां नु बच्चियां काफिया पैसे दे के कली कली बाजार बाजार कूचे कूचे नगर नगर नारे की लाने अभी हक है मोहम्मद सच। अभी हक है मोहम्मद सच लोग कट्ठे होकर बादशाह के खिलाफ जहां करो बादशाह तुम कहते कि अली अली ना करो, और दीवाने ने सारे शहर में शुरू पाया हर जगह अली अली करवा दिया। बादशाह ने आख्या सब लोगों को आख्या जेड़ा अली अली करेगा मैं कोई ना ज्यादा सजा दिया गया, मगर दीवाने ने शहर चो बाहर कर दिया। जब दीवाने ने शहर चो बाहर कर दिया दीवाना रो रहा है कि मैं हक सच की खबर दे रहे हैं, मैं दुआ सजा मेरे शहर चो बाहर कर दे। रोंदिया रोंदिया आलम खाब के बीच कौन आए, हजरत मौला मुशफ शाही हैदरी कराए ठंडे दीवाने तू क्यों रोंदे हैं। हजूर में रोवा ने होर की करा मेरे रूह की गिजा मेरा अली के जिक्र फिक्र मेरे शहर चो बाहर कर दे। अली अलैहिस्सलाम फरमाते दीवाने सारी जगत में चीजें अपना मशहूर जारी है ਸਾਡੀ ਜੰਨਤ ਵੇਖੀਗਾ। ਦੀਵਾਨਾ ਅਰਜ਼ ਕਰਦਾ ਹਜ਼ੂਰ ਜੰਨਤ ਦੇ ਅਰਸ਼ਾਂ ਦਾ ਸਾਦਾ ਅਲੀ ਅਲੈਹਿ ਸਲਾਮ ਫਰਮਾਉਂਦੇ ਦੀਵਾਨੇ ਤੂੰ ਜਿੱਥੇ ਬੈਠੇਗਾ ਉੱਥੇ ਹੀ ਜੰਨਤ ਬਣ ਜਾਏਗੀ। ਆਪ ਕਹਿ ਕੇ ਚਲੇ ਗਏ ਦੀਵਾਨੇ ਦੀ ਅੱਖ ਖੁੱਲੀ। ਬਾਬਾ ਜੀ ਬੱਚੇ ਖੇਲ ਉਹਨੇ ਮਿੱਟੀ ਦੀਆਂ ਘੋੜੀਆਂ ਬਣਾ ਕੇ ਦੀਵਾਨੇ ਨੇ ਪੰਜ ਸੱਤ ਘੋੜੀਆਂ ਮਿੱਟੀ ਦੀਆਂ ਬਣਾਈਆਂ, ਆਵਾਜ਼ ਦੇ ਰਿਹਾ ਕਿ ਆਓ ਤੇਰੀ ਜੰਨਤ ਨੂੰ ਚੋਖਾ ਲੈ ਆਓ ਮਲਕਾ ਦਾ ਧਿਆਨ ਪਿਆ। ਬਾਦਸ਼ਾਹ ਨੂੰ ਆਪ ਨੇ ਬਾਦਸ਼ਾਹ
ਮੈਂ ਦੀਵਾਨੇ ਦੇ ਕੋਲ ਚੱਲਣ ਦੀ ਮਕਾਨ ਲਿਆ ਵਾ ਕਹਿੰਦਾ ਚੱਲੀਏ ਉਹਨੂੰ ਆਪਣੇ ਆਪ ਦੀ ਖਬਰ ਕੋਈ ਨਹੀਂ ਉਹਨੇ ਮਸਤ ਦੀਵਾਨਾ ਹੈ ਕਿੰਨੀ ਕਰਨੀ ਮਾਰ ਕਿੱਥੋਂ ਆ ਗਿਆ ਕਹਿੰਦੀ ਪੁੱਛਦੀ ਪਰ ਪੱਟੀ ਤੋਂ ਛਾਲ ਮਾਰੀ ਦੀਵਾਨੇ ਦੇ ਕੋਲ ਆ ਗਈ ਦੀਵਾਨੇ ਆ ਕੇ ਚੱਲਣ ਚ ਮਕਾਨ ਮਿਲ ਵੀ ਦੇ ਦੇ ਦੀਵਾਨਾ ਆਖਦਾ ਮੈਂ ਲਗਾ ਲੈ ਲਾ ਆਖਦੀ ਕਿੰਨੇ ਪੈਸੇ ਦੀਵਾਨਾ ਕਹਿੰਦਾ ਤੇਰੇ ਕੋਲੋਂ ਪੈਸੇ ਨਹੀਂ ਲੈਣੇ ਜਿਹੜਾ ਤੇਰੇ ਗੱਲ ਵਿੱਚ ਹਾਰ ਹੈ ਸਾਨੂੰ ਦੇ ਦੇ ਤੇਰਾ ਜੰਨਤ ਚ ਮਕਾਨ ਬਾਦਸ਼ਾਹ ਬੁਲਾ ਰਹੀ ਤੇ ਬਾਦਸ਼ਾਹ ਬੋਲੀ ਗਿਆ ਕਿਉਂ ਮੈਂ ਤੇਰੇ ਕਹਿਣਾ ਨਹੀਂ ਮੰਨਿਆ ਬਾਦਸ਼ਾਹ ਨੇ ਪੁੱਛਿਆ ਤੇਰਾ ਹਾਰ ਕਿੱਥੇ ਆ ਕਹਿੰਦੇ ਦੀਵਾਨੇ ਨੂੰ ਦੇ ਕੀ ਲੈ ਕੇ ਆਈ ਲੱਗੇ ਝੋਲੀ ਦਾ ਦਿੱਤੀ ਕਹਿੰਦੀ ਜਿੱਦਣ ਚ ਮਕਾਨ ਕਹਿੰਦਾ ਚੱਲੀਏ ਤੈਨੂੰ ਪਾਗਲ ਦਾ ਆਖਾਂ ਤੇ ਹੋਰ ਕੀ ਆਖਾਂ ਨੌ ਲੱਖਾਂ ਹਾਰ ਦੇ ਕੇ ਤੇ ਮਿੱਟੀ ਦਾ ਬੁੱਕ ਲੈ ਕੇ ਆ ਗਈ ਕਹਿੰਦੀ ਕੁਛ ਵੀ ਆ ਗਿਆ ਸੌਦਾ ਕਰੇ ਲੜਦੇ ਝਗੜੇ ਦੀ ਆਪਣੀ ਖਾਬ ਦਾ ਬਾਦਸ਼ਾਹ ਸੌ ਗਿਆ ਬਾਬਾ ਜੀ ਸੁੱਖਾ ਪਿਆ ਕੀ ਦੇਖਦਾ ਜਨਤਾ ਦੀ ਸੈਰ ਕਰਨ ਡਿਆ ਖਾਬ ਦੇ ਵਿੱਚ ਜਨਤਾ ਦੀ ਸੈਰ ਕਰਨ ਡਿਆ ਬੜੇ ਖੂਬਸੂਰਤ ਮਹਲ ਵੇਖਦਾ ਆਉਂਦਾ ਇੱਕ ਬਹੁਤ ਖੂਬਸੂਰਤ ਮਹਲ ਉਹਦੇ ਤੇ ਕੀ ਲਿਖਿਆ ਬਲਕਾ ਸੁਬੈਦਾ ਕੀ ਲਿਖਿਆ ਮਲਕਾ ਸੁਬੈਦਾ ਦੇਖ ਕੇ ਖੁਸ਼ ਹੋਇਆ ਕਿ ਜਿਹੜੇ ਮਲਕਾ ਦਾ ਮਕਾਨ ਭੱਜ ਕੇ ਅੰਦਰ ਵੜਨ ਲੱਗਦਾ ਜਾਂ ਫਰਿਸ਼ਤਿਆਂ ਦੇ ਭਾਉਣ ਤੋਂ ਫੜ ਲਿਆ ਇੱਧਰ ਆ ਜਾਣਾ ਪਾਤਸ਼ਾਹ ਇਹਨੇ ਜ਼ਮੀਨ ਤੇ ਇੱਥੇ ਤੇਰਾ ਕੁਛ ਨਹੀਂ ਇੱਥੇ ਜਿਹਨੇ ਕਰਨਾ ਉਹਨੇ ਲੈਣਾ ਤਬ ਕੀ ਉੱਠਿਆ ਕਿ ਮੈਂ ਹੁਕਮਰਾਨ ਇੰਨੀ ਦੌਲਤ ਮੇਰਾ ਜਿੱਦਣ ਦਾ ਹਿੱਸਾ ਕੋਈ ਨਹੀਂ ਮੇਰੀ ਮਲਕਾ ਲੈ ਗਈ ਦੀਵਾਨੇ ਵੱਲ ਦੌੜ ਪਿਆ ਦੀਵਾਨੇ ਦੇ ਕੋਲ ਆ ਗਿਆ ਦੀਵਾਨੇ ਆ ਜਿੱਦਣ ਚ ਮਕਾਨ ਮਿਲ ਵੀ ਦੇ ਦੀਵਾਨਾ ਆਖਦਾ ਬਾਦਸ਼ਾਹ ਲੈ ਲਾ ਬਾਦਸ਼ਾਹ ਪੁੱਛਦਾ ਦੀਵਾਨੇ ਕਿੰਨੇ ਪੈਸੇ ਦੀਵਾਨਾ ਆਖਦਾ ਤੇਰੇ ਕੋਲੋਂ ਪੈਸੇ ਨਹੀਂ ਲੈਣੇ ਤੇਰੇ ਕੋਲ ਸਾਰੀ ਬਾਦਸ਼ਾਹ ਹੀ ਲੈਣੀ ਤੇਰੇ ਕੋਲੋਂ ਪੈਸੇ ਨਹੀਂ ਲੈਣੇ ਤੇਰੇ ਕੋਲੋਂ ਸਾਰੀ ਬਾਦਸ਼ਾਹ ਹੀ ਲੈਣੀ ਹੈ ਬਾਦਸ਼ਾਹ ਆਖਦਾ ਦੀਵਾਨੇ ਆ ਰਾਤੀ ਮੇਰੀ ਮਲਕਾ ਨੂੰ ਇੱਕ ਹਾਰ ਦੇ ਵੱਡੇ ਜੰਨਤ ਚ ਮਕਾਨ ਦੇ ਕੇ ਹਟਿਆ ਮੈਨੂੰ ਆਖਦਾ ਸਾਰੀ ਬਾਦਸ਼ਾਹ ਹੀ ਲੈਣੀ ਹੈ ਬਾਦਸ਼ਾਹ ਆਖਦਾ ਦੀਵਾਨਾ ਆਖਦਾ ਉਹ ਭੋਲੇ ਬਾਦਸ਼ਾਹ ਉਹ ਚੱਲਿਆ ਉਹ ਪਾਗਲਾ ਉਹ ਤੇਰੀ ਮਲਕਾ ਨੇ ਤੈਨੂੰ ਦੇਖਿਆ ਸੌਦਾ ਕੀਤਾ ਤੂੰ ਵੇਖ ਕੇ ਸੌਦਾ ਕਰਨ ਡਿਆ ਤੇਰੀ ਮਲਕਾ ਨੇ ਅਨ ਪਿੱਛਿਆ ਸੌਦਾ ਕੀਤਾ ਤੂੰ ਵੇਖ ਕੇ ਸੌਦਾ ਕਰਨ ਡਿਆ ਬਾਦਸ਼ਾਹ ਤਾਂ ਸਮਝ ਡਿੱਗ ਗਿਆ ਕਹਿੰਦਾ ਦੱਸ ਬੁਲੰਗਾ ਬੈਠਾ ਤੂੰ ਸੁਖੀਰ ਤੇ ਆ ਜਨਤਾ ਦੀਆਂ ਖਬਰਾਂ ਦੇਣ ਡਿਆ ਅਸਮਾਨਾਂ ਦੀਆਂ ਖਬਰਾਂ ਦੇਣ ਡਿਆ ਤੂੰ ਹੈ ਕੌਣ ਤੇ ਦੀਵਾਨਾ ਆਖਦਾ ਤੈਨੂੰ ਮੈਂ ਦੱਸਾਂ ਕੌਣ ਉਹ ਨਾ ਵਧੀਆ ਜਾਗੀ ਹੁੰਦੇ ਨਾ ਜਹਾਨ ਫਿਕਰ ਤੋਂ ਲਾਗਦੇ ਜਹਾਨ ਫਿਕਰ
ओ अखिया मलंगा सखियो बेटा मिले ओ अखिया मलंगा सखियो बेटा मिले चुप कर चुप किताब ठपी ले लेने दे चुप कर चुप किताब ठपी ले लेने दे चुप कर चुप किताब लेने दे चुप कर चुप किताब ठपी ले लेने दे चुप कर चुप किताब ठपी ले लेने दे चुप कर चुप किताब ठपी ले लेने दे अभी क्या दीवार Yeah.
ਵਿੱਚ ਛੱਡ ਕੇ ਤਨ ਕਰੀਏ ਮੈਦਾਨ ਦੇ ਵਿੱਚ ਛੱਡ ਕੇ ਹਰਮਤ ਪਤੂਆ ਕੀ ਸ਼ੇਰ ਹੁੰਦਾ ਸਾਰੀਆਂ ਕਿਤੇ ਚੁਆ ਕੀ ਸ਼ੇਰ ਹੁੰਦਾ ਨਸਲਾਂ ਨਸਲਾਂ ਵਿੱਚ ਬੜਾ ਫਰਕ ਹੁੰਦਾ ਨਸਲਾਂ ਨਸਲਾਂ ਵਿੱਚ ਬੜਾ ਫਰਕ ਹੁੰਦਾ ਅੰਬ ਅੰਬ ਹੁੰਦਾ ਦੇਰ ਦੇਰ ਹੁੰਦਾ ਅੰਬ ਅੰਬ ਹੁੰਦਾ ਦੇਰ ਦੇਰ ਹੁੰਦਾ ਕਿਤੇ ਚੁਗਲਾ ਦੇ ਵਿੱਚ ਵੀ ਫਿਰ ਖੁੱਲਾ ਸ਼ੇਰ ਜਿੰਦਰੇ ਵਿੱਚ ਵੀ ਸ਼ੇਰ ਹੁੰਦਾ ਮਾਦੀ ਮਾਲ ਹਦੀਨੇ ਦਾ ਹੋਵੇ ਜਿਹੜਾ ਮਗਰ ਹਿੰਦੂ ਦੇ ਵੀ ਰੂਹ ਕੁਮਾਰੀ ਬਾਬਾ ਜੀ ਮੈਂ ਨਾਰਾ ਲਾਉਣਾ ਤੇ ਤੁਸੀਂ ਨਾਰਾ ਮਾਰਨਾ ਆਵਾਜ਼ ਇੱਥੋਂ ਮਦੀਨੇ ਮਦੀਨੇ ਪਤਾ ਲੱਗੇ ਕਿ ਬਾਬਾ ਜੀ ਮੁਹੰਮਦ ਦੇ ਗੇੜੇ ਤੋਂ